ਅਸੀਂ ਅੱਜ ਜਨਾਬ ਵਿਜ਼ਿਟ ਕਰ ਰਹੇ ਜੀ ਤਾਂਦਲਾ ਮੰਡੀ ਦਾ, ਅਤੇ ਤਾਂਦਲਾ ਮੰਡੀ ਦੇ ਵਿੱਚ ਜਨਾਬ ਅਸੀਂ ਤੁਹਾਨੂੰ ਜਾਨਵਰ ਵਿਖਾਵਾਂਗੇ। ਲੋਕ ਵਪਾਰੀ ਇੱਕ ਘੋੜੀ ਦੀ ਚਿਮੜੇ ਤੋਂ ਆਏ ਨੇ ਅਤੇ ਵੇਖ ਨੇ ਜੀ ਇਹਨੇ ਕਿੰਨੇ ਕਿੰਨੇ ਕੁ ਪੈਸੇ ਨੇ ਘੋੜੀ ਦੇ। ਇੱਕ ਪਾਸੋਂ ਜਨਾਬ ਹਰ ਵੀ ਕੰਬਦਾ ਪਿਆ, ਪਤਾ ਨਹੀਂ ਕਿੱਥੋਂ ਲੈ ਕੇ ਆਇਆ ਨੇ। ਅਤੇ ਵੀਰ ਜੀ ਕਿੰਨੇ ਪੈਸੇ ਜੇ ਘੋੜੀ ਦੇ? ਨਹੀਂ ਤੁਸੀਂ ਦੱਸਣਾ ਕਿ ਅਸੀਂ ਤਾਂ 70,000 ਮੰਗਦੇ ਹਾਂ। ਅੱਛਾ, ਘੋੜਾ 70,000 ਰੁਪਇਆ ਜੀ। ਲਓ ਜੀ 70,000 ਰੁਪਇਆ ਜਨਾਬ ਮੰਗਦੇ ਹਾਂ। ਅਤੇ ਉਮਰ ਵੀਰ ਜੀ ਇਹਦੀ ਕੀ ਹੈ ਘੋੜੀ? ਉਮਰ ਇਹਦੀ ਪੱਕਾ। ਅੱਛਾ ਪੱਕਾ ਹੈਗਾ। ਟਾਂਗੇ ਟੂੰਗੇ 'ਚ ਲੱਗਿਆ ਰੇੜੇ ਰੂੜੇ 'ਚ? ਅੱਛਾ, ਕੋਈ ਨੰਬਰ ਨੰਬਰ ਹੈਗਾ ਤੁਹਾਡਾ? ਨੰਬਰ ਸਾਡੇ ਕੋਲ ਹੈਗਾ। ਦੱਸੋ ਨੰਬਰ। 0308 70 77 ਅਤੇ ਨਾਮ ਤੁਹਾਡਾ? ਤੁਹਾਡਾ ਹੀ ਘੋੜਾ ਹੈਗਾ? ਅੱਛਾ, ਲਓ ਜੀ ਮਾਸ਼ਾਅੱਲਾ ਤੁਸੀਂ ਘੋੜਾ ਵੇਖੋ ਅਤੇ ਰੇੜੇ ਰੂੜੇ ਦੇ ਵਿੱਚ ਲੱਗਿਆ ਹੋਇਆ ਜੇ, ਅਤੇ ਅਗਰ ਕੋਈ ਖਰੀਦਦਾਰ ਹੋਵੇ ਥੋੜ੍ਹੇ ਜਿਹੇ ਪੈਸਿਆਂ ਵਾਸਤੇ, ਥੋੜ੍ਹੇ ਜਿਹੇ ਪੈਸਿਆਂ ਵਾਲਾ। ਲਓ ਜਨਾਬ ਹੋਰ ਤੁਹਾਨੂੰ ਇਨਸ਼ਾਅੱਲਾ ਤਾਲਾ ਟੁੱਟਦੇ ਫਿਰਦੇ ਹੋਰ ਤੁਹਾਨੂੰ ਘੋੜੇ ਵਿਖਾਉਣੇ ਆ। ਅਤੇ ਲਓ ਜਨਾਬ ਇਹ ਵੇਖੋ ਵਪਾਰੀ ਬੈਠੇ ਹੋਏ ਜੀ ਮਾਸ਼ਾਅੱਲਾ। ਲਓ ਜਨਾਬ ਮੰਜੀ ਦੇ ਉੱਤੇ, ਅਤੇ ਪਹਿਲਾਂ ਮਾਸ਼ਾਅੱਲਾ ਦੋ ਹੀ ਆਪਣੇ ਕੋਲ ਜਾਨਵਰ ਨੇ। ਇਹ ਦੋ ਜਾਨਵਰ ਨੇ ਜੀ ਭਾਈ ਹੋਰਾਂ ਦੇ ਕੋਲ। ਪਹਿਲੇ ਜਾਨਵਰ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਫਿਰ ਇਹਨਾਂ ਦੀਆਂ ਕੀਮਤਾਂ ਕੁਮਤਾਂ ਵੀ ਦੱਸ ਦਿੰਦੇ। ਵੀਰ ਜੀ ਕਿੰਨੇ ਦਾ ਹੈਗਾ ਜੀ ਆਹ? ਇਹ ਕਿੰਨੇ ਦਾ ਜੀ? ਅਤੇ ਉਮਰ ਕਿੰਨੀ ਹੋ ਗਈ? ਬਿਸਮਿਲ੍ਲਾ ਜਨਾਬ, ਬਿਸਮਿਲ੍ਲਾ ਬਿਸਮਿਲ੍ਲਾ। ਵੀਰਾਂ ਨੂੰ ਅੱਲਾਹ ਤਾਲਾ ਸਿਹਤ ਦੇਵੇ। ਮੈਂ ਬੜਾ ਪਰੇਸ਼ਾਨ ਹੋ ਗਿਆ, ਤੇਰੇ ਭਾਈ ਮੈਨੂੰ ਦੱਸਿਆ ਬਿਮਾਰ ਹੋ ਗਿਆ, ਮੈਨੂੰ ਦੱਸਿਆ ਅਗਮੋ ਤੇਰੀ ਸਾਡੀ ਗੱਲ ਹੀ ਹੋਈ ਆਈ ਨੈਟ ਤੇ। ਹੋਰ ਸੁਣਾ ਕਿੱਧਰ ਚੱਲਿਆ ਸੀ? ਮੈਂ ਥਾਈ ਮਾਲ ਆਂਦਾ ਕੋਈ ਨਹੀਂ। ਅੱਛਾ, ਗੋੜੀਆਂ ਗਾਰੇ ਸਲਾਮਤ ਰੱਖੇ। ਵੀਰ ਜੀ ਆਂਦੇ ਕਿੰਨੇ ਜੇ? ਵਛੇਰ ਦੇ ਕਿੰਨੇ ਪੈਸੇ ਆ? 80 ਤੇ ਨੰਬਰ ਜ਼ਰਾ ਦੱਸਿਆ ਜੀ, ਇੱਥੇ ਬੈਠੇ ਬੈਠੇ ਦੱਸ ਦਿਓ। 0302 ਉਹ ਯਾਰ ਕੀ ਹੋ ਗਿਆ ਆਪਾਂ ਟੈਕਸ ਕੀ ਦਲਾ? 0302 197 ਦਾ ਨਾਂ ਪਾਣੀ ਪੂਣੀ ਵੀ ਹੈਗਾ ਜੀ? ਪਾਣੀ ਨਾ ਕੋਈ ਡੰਗਰ ਲਾਉਣ ਦੀ ਜਗ੍ਹਾ ਵਧੀਆ ਕੋਈ ਨਹੀਂ ਹੈਗੀ, ਕੋਈ ਫਾਇਦਾ ਨਹੀਂ ਸਾਨੂੰ। ਚਲੋ ਮੰਡੀ ਦਾ, ਮੰਡੀ ਦਾ ਤਾਂਦਲਾ ਮੰਡੀ ਦਾ ਮਿਹਰਬਾਨੀ ਕਰਕੇ ਕੋਈ ਸਾਡੇ ਵਾਸਤੇ ਸੋਚੋ। ਬੜੇ ਪੁਰਾਣੇ ਵਪਾਰੀ ਹੈ ਸੀ ਤੇ ਬੜੀ ਪੁਰਾਣੀ ਮੰਡੀ ਹੈ, ਬੜੀ ਪੁਰਾਣੀ ਮੰਡੀ ਹੈ। ਅਸੀਂ ਇਹਨਾਂ ਮੰਡੀ 'ਚ ਆ ਕੇ ਬੁੱਢੇ ਹੋ ਗਏ ਹਾਂ। ਬਿਲਕੁਲ ਸਹੀ। ਅਤੇ ਸਾਨੂੰ ਕੋਈ ਇਹਨਾਂ ਨੇ ਸਕੂਨ ਨਹੀਂ ਦਿੱਤਾ ਵੀ ਕੋਈ ਸ਼ਾਇਦ ਹੀ ਨਹੀਂ ਫਾਇਦਾ ਸਾਨੂੰ। ਅੱਛਾ, ਟੈਕਸ ਪੂਰਾ ਲੈ ਲੈਂਦੇ ਨੇ? ਟੈਕਸ ਨਹੀਂ, ਬਾਹਰ ਅੰਦਰ ਵੜਨ ਦੇ ਗੱਡੀ ਦੇ ਪੈਸੇ ਲੈਂਦੇ ਆ। ਕਿੰਨੇ? 500 ਡੰਗਰ। 500 ਰੁਪਏ ਡੰਗਰ ਮੰਗਦੇ ਨੇ। ਕੀ ਬਾਤ, ਕੀ ਬਾਤ। ਠੇਕਾਦਾਰ ਇਹਨਾਂ ਨੇ। ਲਓ ਜਨਾਬ ਦੇ ਪੈਸੇ ਲੈਂਦੇ। ਲਓ ਜੀ, ਅਗਰ ਕੋਈ ਬੰਦਾ ਐਸਾ ਕੋਈ ਸਾਬੇ ਹਸੀਅਤ ਔਰ ਸਭ ਇਕਤਦਾਰ ਬੰਦਾ ਕੋਈ ਵੇਖਦਾ ਪਿਆ ਤਾਂ ਇਹਦੀ ਗੱਲ ਦਾ ਜ਼ਰੂਰ ਜਨਾਬ ਅਸੀਂ ਦੁਆ ਕਰਨਾ ਜੇ ਨੋਟਿਸ ਅਗਲੇ ਲੈਵਣ। ਅਤੇ ਲਓ ਜਨਾਬ ਮਾਸ਼ਾਅੱਲਾ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਅਤੇ ਇਜਾਜ਼ਤ ਚਾਹੁੰਦਾ ਜਨਾਬ। ਅੱਲਾਹ ਹਾਫਿਜ਼।